ਮੇਸ਼ਵਰ ਨੇ ਸਾਨੂੰ ਇਸ ਧਰਤੀ ਉੱਤੇ ਬਿਨਾ ਮਕਸਦ ਦੇ ਨਹੀਂ ਭੇਜਿਆ ਉਹਨੇ ਸਾਨੂੰ ਇੱਕ ਖਾਸ ਮਕਸਦ ਦੇ ਕੇ ਭੇਜਿਆ ਇੱਕ ਵਿਸ਼ੇਸ਼ ਕੰਮ ਦੇ ਕੇ ਭੇਜਿਆ ਅਸੀਂ ਉਸ ਕੰਮ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਕੰਮਾਂ ਵਿੱਚ ਜਿਹੜਾ ਆ ਉਲਝੇ ਹੋਏ ਆ ਤੁਸੀਂ ਹੋਰ ਹੋਰ ਜਿੰਨੇ ਮਰਜ਼ੀ ਕੰਮ ਕਰ ਲਓ ਤੁਹਾਡੇ ਕੋਲੋਂ ਲੇਖਾ ਉਸ ਕੰਮ ਦਾ ਲਿਆ ਜਾਣਾ ਜਿਹੜਾ ਕੰਮ ਤੁਹਾਨੂੰ ਦਿੱਤਾ ਗਿਆ ਹੈ ਅਗਰ ਤੁਸੀਂ ਪੀਐਨ ਦੀ ਜੌਬ ਤੇ ਰੱਖੇ ਗਏ ਆ ਮਨ ਲਓ ਤੁਸੀਂ ਬੈਂਕ ਦੇ ਵਿੱਚ ਪੀਐਨ ਦੀ ਜੌਬ ਤੇ ਅਪਾਇੰਟ ਕੀਤੇ ਗਏ ਆ ਪਰ ਤੁਸੀਂ ਬਹੁਤ ਪੜੇ ਲਿਖੇ ਤੁਹਾਡੇ ਅੰਦਰ ਬਹੁਤ ਕਾਬਲੀਅਤ ਆ ਤੇ ਤੁਸੀਂ ਮੈਨੇਜਰ ਦੀ ਵੀ ਹੈਲਪ ਕਰ ਦਿੰਨੇ ਆ ਜਾਂ ਤੁਸੀਂ ਇੱਕ ਅਕਾਊਂਟੈਂਟ ਜਿਹੜਾ ਆ ਤੁਸੀਂ ਉਹਦੀ ਵੀ ਮਦਦ ਕਰ ਦਿੰਨੇ ਆ ਪਰ ਜੇ ਇਸ ਦਿਨ ਫ્લાਇੰਗ ਪੈ ਗਈ ਜੇ ਇਸ ਦਿਨ ਚੈਕਿੰਗ ਵਾਲੀ ਰੇਡ ਹੋ ਗਈ ਉਸ ਦਿਨ ਤੁਸੀਂ ਪੀਐਨ ਵਾਲੀ ਸੀਟ ਤੇ ਨਾ ਹੋਏ ਤੁਸੀਂ ਉਸ ਦਿਨ ਅਕਾਊਂਟੈਂਟ ਵਾਲੀ ਸੀਟ ਤੇ ਹੋਏ ਤੇ ਤੁਹਾਨੂੰ ਸ਼ਾਬਾਸ਼ੇ ਨਹੀਂ ਮਿਲਦੀ ਤੁਹਾਨੂੰ ਪੁੱਛਿਆ ਜਾਣਾ ਹੈ ਕਿ ਮੈਂ ਤੈਨੂੰ ਕੇਸ ਕੰਮ ਲਈ ਅਪਾਇੰਟ ਕੀਤਾ ਸੀ ਤੂੰ ਆਪਣੀ ਜਗ੍ਹਾ ਤੇ ਮੈਨੂੰ ਬਰਕਰਾਰ ਕਿਉਂ ਨਹੀਂ ਮਿਲਿਆ ਅਕਾਊਂਟੈਂਟ ਨੂੰ ਪੁੱਛਿਆ ਜਾਏਗਾ ਕਿ ਤੂੰ ਮੈਨੂੰ ਆਪਣੀ ਜਗ੍ਹਾ ਤੇ ਬਰਕਰਾਰ ਕਿਉਂ ਨਹੀਂ ਮਿਲਿਆ ਸੋ ਭਾਵੇਂ ਤੁਸੀਂ ਅਡੀਸ਼ਨਲ ਐਕਸਟਰਾ ਜਿੰਨੇ ਮਰਜ਼ੀ ਕੰਮ ਕਰਦੇ ਕਰਨੇ ਵੀ ਚਾਹੀਦੇ ਪਰ ਤੁਸੀਂ ਆਪਣੇ ਥਾਂ ਤੇ ਹਾਜ਼ਰ ਚਾਹੀਦੇ ਆ ਜੇ ਇਸ ਕੰਮ ਦੇ ਲਈ ਤੁਹਾਨੂੰ ਅਪਾਇੰਟ ਕੀਤਾ ਗਿਆ ਤੁਸੀਂ ਉਸ ਕੰਮ ਦੇ ਵਿੱਚ ਲੱਗੇ ਹੋਏ ਚਾਹੀਦੇ ਆ ਅਗਰ ਤੁਹਾਨੂੰ ਪਰਮੇਸ਼ਵਰ ਨੇ ਰੂਹਾਂ ਬਚਾਉਣ ਵਾਸਤੇ ਭੇਜਿਆ ਤਾਂ ਤੁਸੀਂ ਕਿੰਨੀਆਂ ਰੂਹਾਂ ਤੱਕ ਅਪਰੋਚ ਕੀਤੀ ਤੁਹਾਨੂੰ ਜਿਹੜਾ ਆ ਸੈਟੀਸਫਾਈ ਹੋਣੇ ਚਾਹੀਦੇ ਕਿ ਹਾਂ ਬਈ ਵਾਕਈ ਮੈਂ ਇੰਨੇ ਲੋਕਾਂ ਤੱਕ ਅਪਰੋਚ ਕਰ ਚੁੱਕਿਆ ਇੰਨੇ ਲੋਕਾਂ ਨੂੰ ਖੁਸ਼ਖਬਰੀ ਸੁਣਾ ਚੁੱਕਿਆ ਇੰਨੇ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜ ਚੁੱਕਿਆ ਹਾਂ ਅਗਰ ਪਰਮੇਸ਼ਵਰ ਨੇ ਤੁਹਾਨੂੰ ਪੈਸੇ ਨਾਲ ਬLESਸ ਕੀਤਾ ਆ ਕੀ ਤੁਸੀਂ ਸੈਟੀਸਫਾਈਡ ਆ ਕਿ ਜੋ ਪਰਮੇਸ਼ਵਰ ਨੇ ਤੁਹਾਨੂੰ ਪੈਸਾ ਦਿੱਤਾ ਤੁਸੀਂ ਉਹਦਾ ਰਾਈਟ ਯੂਜ਼ ਕਰਕੇ ਤੁਹਾਨੂੰ ਲੱਗ ਰਿਹਾ ਕਿ ਮੈਂ ਸਹੀ ਥਾਂ ਤੇ ਇਸਤੇਮਾਲ ਹੋ ਰਿਹਾ ਮੇਰੇ ਪੈਸੇ ਕਿੰਨਾ ਤੇਰਾ ਆਪਣਾ ਮਨ ਤੈਨੂੰ ਦੋਸ਼ੀ ਨਾ ਠਹਿਰਾਏ ਤੁਹਾਡਾ ਮਨ ਤੁਹਾਨੂੰ ਦੋਸ਼ੀ ਨਾ ਠਹਿਰਾਏ ਤੁਹਾਡਾ ਮਨ ਤੁਹਾਨੂੰ ਕਵੇ ਕਿ ਵਾਹ ਵਈ ਵਾਹ ਕੀ ਬਾਤ ਹੈ ਜਿੰਨੀ ਦੇਰ ਤੱਕ ਤੁਹਾਡਾ ਮਨ ਤੁਹਾਨੂੰ ਸ਼ਾਬਾਸ਼ੇ ਨਹੀਂ ਦਊਗਾ ਆਸੇ-ਪਾਸੇ ਦੀਆਂ ਸ਼ਾਬਾਸ਼ੇ ਦਾ ਤੁਹਾਨੂੰ ਕੋਈ ਮਜ਼ਾ ਨਹੀਂ ਆਉਣਾ ਸਾਡੇ ਮਨ ਨੂੰ ਪਤਾ ਹੁੰਦਾ ਸੀ ਕਿੱਥੇ ਗਲਤ ਹੈ ਸਾਡੇ ਮਨ ਨੂੰ ਪਤਾ ਸੀ ਕਿੱਥੇ ਠੀਕ ਹੈ ਤੇ ਸਾਡਾ ਜਿਹੜਾ ਮਨ ਹੈ ਨਾ ਇਹ ਸਾਨੂੰ ਦੋਸ਼ੀ ਨਾ ਠਹਿਰਾਵੇ ਅਗਰ ਪਰਮੇਸ਼ਵਰ ਨੇ ਤੁਹਾਨੂੰ ਬਹੁਤਾ ਦਿੱਤਾ ਆ ਤਾ ਤੁਹਾਡਾ ਲਿਵਿੰਗ ਸਟੈਂਡਰਡ ਨਹੀਂ ਗਿਵਿੰਗ ਸਟੈਂਡਰਡ ਹਾਈ ਹੋਣਾ ਚਾਹੀਦਾ ਹੈ। ਤਾਂ ਅਗਰ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਕਿ ਤੁਸੀਂ ਲੋਕਾਂ ਦੀ ਮਦਦ ਕਰੋ ਤੇ ਹਰ ਮਦਦ ਪੈਸੇ ਨਾਲ ਨਹੀਂ ਹੁੰਦੀ। ਕਈਆਂ ਦੀ ਮਦਦ ਹੋਰ ਕਈ ਤਰੀਕਿਆਂ ਦੇ ਨਾਲ ਹੁੰਦੀ ਆ। ਹੋ ਸਕਦਾ ਤੁਹਾਨੂੰ ਪਰਮੇਸ਼ਵਰ ਨੇ ਤੁਹਾਡੇ ਮਨ ਵਿੱਚ ਪਾਇਆ ਕਿ ਮਦਦ ਕਰਿਆ ਕਰ ਤੁਹਾਡੇ ਕੋਲੇ ਕਾਰ ਆ ਤੇ ਤੁਹਾਡੇ ਕੋਲੇ ਟਾਈਮ ਵੀ ਹੁੰਦਾ ਆ ਤਾਂ ਤੁਸੀਂ ਕਿਸੇ ਨੂੰ ਡਾਕਟਰ ਦੇ ਵਿਜ਼ਿਟ ਕਰਾਉਣ ਵੀ ਲੈ ਕੇ ਜਾ ਸਕਦੇ ਆ। ਜਾਂ ਤੁਸੀਂ ਹੋਰ ਕਈ ਤਰੀਕਿਆਂ ਦੇ ਨਾਲ ਜਿਹੜਾ ਆ ਉਹਨਾਂ ਨੂੰ ਹੈਲਪ ਕਰ ਸਕਦੇ ਆ ਤਾਂ ਅਸੀਂ ਆਪਣੇ ਆਪ ਨੂੰ ਰੈਡੀ ਕਰਨਾ ਹੈ ਉਹ ਕੰਮ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੇ ਆ ਉਹਨਾਂ ਕੰਮਾਂ ਨੂੰ ਪੂਰਾ ਕਰਨਾ ਅਸੀਂ ਆਪਣੇ ਜੀਵਨ ਵਿੱਚ ਅਰ ਕਿੱਦਾਂ ਕਰ ਸਕਦੇ ਆ ਉਹ ਸਾਨੂੰ ਕੋਸ਼ਿਸ਼ ਕਰਨੀ ਆ ਹਾਲੇਲੂਇਆ ਲੂਕਾ ਦੀ ਕਿਤਾਬ 12 ਅਧਿਆਇ ਦੀ 47 ਨੰਬਰ ਆਇਤ ਵਿੱਚ ਇਦਾਂ ਲਿਖਿਆ ਇਸੇ ਚੈਪਟਰ ਦੀ 47 ਵਰਸ ਜਿਹੜੀ ਆ ਉਹਦੇ ਵਿੱਚ ਇਦਾਂ ਲਿਖਿਆ ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਪਰ ਤਿਆਰੀ ਨਾ ਕੀਤੀ ਨਾ ਉਹਦੀ ਮਰਜ਼ੀ ਮੁਜ਼ਬ ਕੰਮ ਕੀਤਾ ਬਹੁਤ ਮਾਰ ਖਾਵੇਗਾ ਉਹ ਇਨਸਾਨ ਜਿਹਨੂੰ ਪਤਾ ਆ ਕਿ ਮੇਰਾ ਮਾਲਕ ਮੇਰੇ ਤੋਂ ਕੀ ਚਾਹੁੰਦਾ ਹੈ ਕਹਿੰਦਾ ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਜਿਨੂੰ ਪਤਾ ਆ ਕਿ ਮੇਰਾ ਮਾਲਕ ਮੇਰੇ ਤੋਂ ਕੀ ਚਾਹੁੰਦਾ ਪਰ ਉਸ ਨੌਕਰ ਨੇ ਆਪਣੇ ਮਾਲਕ ਦੀ ਇੱਛਾ ਦੇ ਅਨੁਸਾਰ ਕੰਮ ਨਾ ਕੀਤਾ ਕਹਿੰਦਾ ਬਹੁਤ ਮਾਰ ਖਾਵੇਗਾ ਦੇਖੋ ਸਾਨੂੰ ਪਤਾ ਆ ਇਸ ਗੱਲ ਦਾ ਕਿ ਸਾਡੇ ਪਰਮੇਸ਼ਰ ਦੀ ਸਾਡੇ ਜੀਵਨ ਵਿੱਚ ਕੀ ਇੱਛਾ ਹੈ ਬਹੁਤ ਸਾਰੇ ਲੋਕੀ ਸਾਨੂੰ ਆਣ ਕੇ ਪੁੱਛਦੇ ਪਾਸਟਰ ਜੀ ਸਾਨੂੰ ਦੱਸੋ ਕਿ ਸਾਡੇ ਜੀਵਨ ਵਿੱਚ ਪਰਮੇਸ਼ਰ ਦੀ ਕੀ ਇੱਛਾ ਹੈ ਕੀ ਵਾਕਿਆ ਹੀ ਤੈਨੂੰ ਨਹੀਂ ਪਤਾ ਕਿ ਤੇਰੇ ਜੀਵਨ ਵਿੱਚ ਪਰਮੇਸ਼ਰ ਦੀ ਕੀ ਇੱਛਾ ਹੈ ਕੀ ਵਾਕਿਆ ਹੀ ਤੈਨੂੰ ਨਹੀਂ ਪਤਾ ਕਿ ਪ੍ਰਭੂ ਚਾਹੁੰਦੇ ਆ ਕਿ ਤੂੰ ਸਚਾਈ ਵਿੱਚ ਚੱਲੇ ਵਕਈ ਤੈਨੂੰ ਨਹੀਂ ਪਤਾ ਕਿ ਪਰਮੇਸ਼ਰ ਚਾਹੁੰਦੇ ਆ ਕਿ ਤੂੰ ਆਪਣੇ ਭਰਾ ਦੇ ਨਾਲ ਪਿਆਰ ਕਰੇ ਤੂੰ ਆਪਣੀ ਭੈਣ ਦੇ ਨਾਲ ਬਣਾ ਕੇ ਰੱਖੇ ਵਕਈ ਤੈਨੂੰ ਨਹੀਂ ਪਤਾ ਕਿ ਤੇਰੇ ਪਰਮੇਸ਼ਰ ਦੀ ਇੱਛਾ ਹੈ ਕਿ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰੇ ਕੀ ਵਕਈ ਤੈਨੂੰ ਨਹੀਂ ਪਤਾ ਕਿ ਤੇਰੇ ਪਰਮੇਸ਼ਰ ਦੀ ਇੱਛਾ ਹੈ ਕਿ ਤੂੰ ਆਪਣੇ ਗਵੰਡੀ ਦੇ ਨਾਲ ਪ੍ਰੇਮ ਕਰ ਤੂੰ ਆਪਣੇ ਘਰ ਵਿੱਚ ਨੇਕੀਆਂ ਕਮਾ ਤੂੰ ਸਚਾਈ ਦੇ ਰਸਤੇ ਤੇ ਚੱਲ ਤੂੰ ਬੁਰਾਈ ਨੂੰ ਛੱਡ ਦੇ ਕੀ ਵਕਈ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਰਮੇਸ਼ਰ ਦੀ ਇੱਛਾ ਨਹੀਂ ਪਤਾ ਕਹਿੰਦਾ ਜੇ ਜਿਹੜਾ ਨੌਕਰ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ ਉਹਨੂੰ ਪਤਾ ਹੈ ਆਪਣੇ ਮਾਲਕ ਦੇ ਸੁਭਾਅ ਦਾ ਵੀ ਪਤਾ ਹੈ ਉਹਨੂੰ ਉਹਨੂੰ ਇਹ ਵੀ ਪਤਾ ਹੈ ਕਿ ਮਾਲਕ ਕੀ ਚਾਹੁੰਦਾ ਹੈ ਮੇਰੇ ਤੋਂ ਫਿਰ ਵੀ ਸਭ ਕੁਝ ਜਾਣਨ ਦੇ ਬਾਅਦ ਵੀ ਕਹਿੰਦਾ ਉਹਨੇ ਉਹਦੀ ਮਰਜ਼ੀ ਦੇ ਮੁਜ਼ਬ ਕੰਮ ਨਾ ਕੀਤਾ ਉਹਨੇ ਉਹਦੀ ਇੱਛਾ ਦੇ ਅਨੁਸਾਰ ਕੰਮ ਨਾ ਕੀਤਾ ਤੱਕੇ ਨਾ ਜਰੂਰ ਬਹੁਤ ਮਾਰ ਖਾਊਗਾ ਸਾਨੂੰ ਪਤਾ ਆ ਜਦ ਓਕੇ ਪੌਲਸ ਕੀ ਕਹਿੰਦੇ ਆ ਕਹਿੰਦੇ ਇਹ ਨਾ ਹੋਵੇ ਜਿੱਦਾਂ ਉਹਨਾਂ ਨੇ ਵਚਨ ਸੁਣਿਆ ਤੇ ਪਰ ਵਿਸ਼ਵਾਸ ਨਾ ਕੀਤਾ ਤੇ ਉਹ ਵਾਅਦੇ ਦੀ ਧਰਤੀ ਵਿੱਚ ਜਾਣ ਤੋਂ ਰਹਿ ਗਏ ਕਿਤੇ ਕਹਿੰਦਾ ਇਹ ਨਾ ਹੋਵੇ ਕਿ ਅਸੀਂ ਵੀ ਸਭ ਕੁਝ ਹੁੰਦਿਆਂ ਸੁੰਦਿਆਂ ਅਸੀਂ ਜਿਹੜੇ ਆ ਉਸ ਬਰਕਤ ਨੂੰ ਲੈ ਹੀ ਨਾ ਸਕੀਏ ਕੋਸ਼ ਖਬਰੀ ਸੁਣਨ ਦੇ ਬਾਵਜੂਦ ਸਾਡੇ ਜੀਵਨ ਦੇ ਵਿੱਚ ਖੁਸ਼ੀ ਨਾ ਆ ਸਕੇ ਅਸੀਂ ਨਿਤ ਦਿਹਾੜੇ ਆਪਣੇ ਮਾਲਕ ਦੀ ਮਰਜ਼ੀ ਨੂੰ ਸੁਣ ਰਹੇ ਹਾਂ ਕਿ ਉਹਦੀ ਮਰਜ਼ੀ ਸਾਡੇ ਜੀਵਨ ਵਿੱਚ ਕੀ ਆ ਅਸੀਂ ਨਿਤ ਦਿਹਾੜੇ ਪੜ ਰਹੇ ਹਾਂ ਉਹਨੇ ਚਿੱਠੀਆਂ ਲਿਖ ਕੇ ਸਾਡੇ ਲਈ ਛੱਡੀਆਂ ਇਹ ਜਿਹੜਾ ਪਰਮੇਸ਼ਰ ਦਾ ਬਚਨ ਹੈ ਇਹ ਕੀ ਆ ਪਰਮੇਸ਼ਰ ਨੇ ਚਿੱਠੀਆਂ ਲਿਖਾਈਆਂ ਕੋਈ ਪੌਲਸ ਦੇ ਰਾਈ ਲਿਖਾਈ ਕੋਈ ਜਿਹੜਾ ਯੋਹੰਨਾ ਦੇ ਰਾਈ ਲਿਖਾਈ ਆ ਕੋਈ ਮੈਥਿਊ ਦੇ ਰਾਈ ਕੋਈ ਲੂਕ ਦੇ ਰਾਈ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਇਹ ਲੈਟਰਸ ਆ ਸਾਡੇ ਲਈ ਅਸੀਂ ਰੋਜ਼ ਉਹਨਾਂ ਚਿੱਠੀਆਂ ਦੇ ਵਿੱਚ ਜਿਹੜਾ ਕੰਮ ਸਾਨੂੰ ਦਿੱਤਾ ਗਿਆ ਸੀ ਉਸ ਲਿਸਟ ਨੂੰ ਪੜ੍ਹਦੇ ਅਸੀਂ ਆਪਣੇ ਮਾਲਕ ਦੀ ਮਰਜ਼ੀ ਨੂੰ ਜਾਣਦੇ ਹਾਂ ਕਿ ਉਹ ਸਾਡੇ ਤੋਂ ਕੀ ਐਕਸਪੈਕਟ ਕਰ ਰਿਹਾ ਹੈ ਫਿਰ ਵੀ ਅਸੀਂ ਅਗਰ ਉਹ ਕੰਮ ਨਾ ਕੀਤੇ ਤਾਂ ਫਿਰ ਬਹੁਤ ਮਾਰ ਪੈਣ ਵਾਲੀ ਆ ਫਿਰ ਜਿਹੜਾ ਆ ਸਜ਼ਾ ਆਉਣ ਵਾਲੀ ਆ ਤਾਂ ਹੁਣ ਯਿਸੂ ਮਸੀਹ ਦੇ ਕਦਮਾਂ ਦੀ ਆਹਟ ਜਿਹੜੀ ਆ ਨਾ ਉਹ ਸੁਣਾਈ ਦੇਣੀ ਸ਼ੁਰੂ ਹੋ ਗਈ ਆ ਹੁਣ ਉਹਦੇ ਤੁਰੇ ਆਉਂਦੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਆ ਜਿੱਦਾਂ ਕਈ ਵਰੀ ਕੋਈ ਬਾਹਰ ਦਰਵਾਜ਼ਾ ਖੜਕਾਵੇ ਤੇ ਤੁਹਾਨੂੰ ਪਤਾ ਹੁੰਦਾ ਕਿ ਹੁਣ ਕੌਣ ਆਇਆ ਤੇ ਤੁਸੀਂ ਨਿਆਣੇ ਜੇਕਰ ਖਲਾਰਾ ਪਾਇਆ ਹੋਵੇ ਨਾ ਤੇ ਮੈਂ ਕਹਿੰਨੀ ਇੱਕ ਜਣੇ ਨੇ ਕੁੰਡਾ ਖੋਲਣ ਜਾਣਾ ਆ ਤੇ ਡੋਰ ਖੋਲ ਕੇ ਖੋਲਣ ਜਾਣ ਨੂੰ ਕਿੰਨਾ ਕੁ ਟਾਈਮ ਲੱਗਣਾ ਤੇ ਉੱਥੇ ਪੇਰੈਂਟਸ ਨੂੰ ਅੰਦਰ ਆਉਂਦਿਆਂ ਕਿੰਨਾ ਕੁ ਟਾਈਮ ਲੱਗਣਾ ਉਹ ਕੰਮ ਜਿਹੜਾ 1 ਘੰਟੇ ਚ ਕਰਨਾ ਸੀ ਨਾ ਉਹ ਉਹਨਾਂ 2 ਮਿੰਟਾਂ ਦੇ ਵਿੱਚ ਨਿਆਣੀ ਕਰ ਦਿੰਦੇ ਮਤਲਬ ਕਿ ਉਸੇ ਵੇਲੇ ਬੈੱਡ ਸ਼ੀਟ ਕਲੀਨ ਉਸੇ ਵੇਲੇ ਜਿਹੜਾ ਕਮਰੇ ਚ ਖਲਾਰਾ ਉਹ ਚੱਕ ਕੇ ਪਤਾ ਨਹੀਂ ਕਿੱਦਾਂ ਉਹਨਾਂ ਨੇ ਥਾਂ ਥਾਈ ਰੱਖ ਦੇਣਾ ਕਿ ਜਿੱਦਾਂ ਵਾਕਿਆ ਹੀ ਉਹਨਾਂ ਨੇ ਬੜੀ ਰੀਚ ਨਾਲ ਜਿੱਦਾਂ ਸਫਾਈ ਕੀਤੀ ਹੁੰਦੀ ਤਾਂ ਹੁਣ ਬਸ ਉਹੀ ਟਾਈਮ 19 ਕੀ ਬ੍ਰੇਕ ਸਾਡੇ ਕੋਲ ਆ ਦਰਵਾਜ਼ਾ ਖੜਕਣਾ ਸ਼ੁਰੂ ਹੋ ਗਿਆ ਐਂਡ ਟਾਈਮ ਦੇ ਸਾਈਨਸ ਨਜ਼ਰ ਆਉਣੇ ਸ਼ੁਰੂ ਹੋ ਗਏ ਇਹ ਅਸਮਾਨ ਦੀਆਂ ਸ਼ਕਤੀਆਂ ਜਿਹੜੀਆਂ ਨਾ ਉਹ ਕੁੰਡਾ ਖੜਕਾ ਰਹੀਆਂ ਕੇ ਜਿਹਦੇ ਜਿਹਦੇ ਗੀਤ ਤੁਸੀਂ ਗਾਉਨੇ ਆ ਜਿਹਦਾ ਚਰਚਾ ਤੁਸੀਂ ਕਰਦੇ ਆ ਜਿਹਦਾ ਵਚਨ ਤੁਸੀਂ ਸੁਣਾਉਨੇ ਆ ਤੇ ਜਿਹਦਾ ਵਚਨ ਤੁਸੀਂ ਸੁਣਦੇ ਆ ਉਹ ਉਠ ਖਲੋਤਾ ਆ ਤੇ ਉਹ ਤਿਆਰ ਹੋ ਰਿਹਾ ਆਉਣ ਦੇ ਵਾਸਤੇ ਤੇ ਹੁਣ ਤੁਸੀਂ ਵੀ ਫਟਾਫਟ ਜਿਹੜਾ ਤੁਹਾਡਾ ਕੰਮ ਪੈਂਡਿੰਗ ਪਿਆ ਨਾ ਤੁਸੀਂ ਉਹ ਤਿਆਰੀਆਂ ਖਿੱਚ ਲਵੋ ਜ਼ਬਰਦਸਤ ਸਾਈਨ ਜਿਹੜੇ ਆ ਉਹ ਦਿਖਣੇ ਸ਼ੁਰੂ ਹੋਗੇ ਆ ਸੋ ਸਾਨੂੰ ਜ਼ਰੂਰੀ ਆ ਕਿ ਅਸੀਂ ਤਿਆਰੀ ਖੇਚ ਲਈਏ ਸਮਾਂ ਬਹੁਤ ਜ਼ਿਆਦਾ ਨਹੀਂ ਰਹਿ ਗਿਆ ਹੋ ਸਕਦਾ ਬਹੁਤ ਜ਼ਿਆਦਾ ਵੀ ਹੋਵੇ ਪਰ ਸਾਨੂੰ ਕੀ ਪਤਾ ਸੀ ਕਿੰਨਾ ਚਿਰ ਹੈ ਇਸ ਧਰਤੀ ਉੱਤੇ ਪਰ ਜਿਹੜੇ ਜਿਹੜੇ ਸਾਈਨ ਪਵਿੱਤਰ ਬਾਈਬਲ ਚ ਦਿੱਤੇ ਗਏ ਉਹਦੇ ਅਕੋਰਡਿੰਗਲੀ ਸਮਾਂ ਇੱਕਦਮ ਲੱਗਦਾ ਨਹੀਂ ਕਿ ਬਹੁਤ ਸਮਾਂ ਹੈ